ਸਾਡਾ ਪੁੱਤਰ ਗਿਆ, ਸਾਡੀ ਧੀ ਨਹੀਂ, ਸਾਡਾ ਪੁੱਤਰ ਗਿਆ ਹੈ। दिवाली लंघी है, लोगों ने लक्ष्मी माता की पूजा की है। साडे देश अंदर तियां नूं देवी कहा जाता है, पर साडे ही देश विच तियां नूं दिन दिहाड़े मार दिता जाता है, बलात्कार किए जाते हैं अते दाज लई उन्हां दी जान लै लई जांदी है। अते इंसाफ दे नाम ते पिछे बैठे परिवारां नूं सिर्फ धक्के ही मिलते हैं। अजिहा ही कुछ वापरिया है फिरोजपुर की रमनदीप कौर नाल, जिहड़ी के चार महीने पहला दाज की बली चढ़ गई, पर इंसाफ ना मिलन कारण मापे हुण भी दर दर दियां ठोकरां खाण नूं मजबूर हो रहे ने। रमनदीप कौर दे मापिया मुताबक उन्हां दी धी दा विआह 2020 विच अमृतपाल सिंह नामी एक मुंडे नाल होया सी, जिहड़ा के पहले दिन तो ही उन्हां दी धी नूं दाज लई तंग कर रहा सी अते दाज ना देण दी सूरत विच ਉਹਨਾਂ ਦੀ ਧੀ ਨੂੰ ਜ਼ਹਿਰ ਪਿਲਾ ਕੇ ਫਿਰ ਫਾਹੇ ਲਾ ਦਿੱਤਾ ਗਿਆ। ਕੀ ਮਾਰ ਦਿੱਤੀ ਸਹੁਰੇ ਪਰਿਵਾਰ ਨੇ, ਦਾਜ ਦੀ ਖਾਤਰ ਤੰਗ ਪਰੇਸ਼ਾਨ ਕਰਦੇ ਸੀ। ਮੁੰਡੇ ਦੀ ਮਾਮੀ, ਮਾਮਾ, ਨਾਨੀ, ਨਾਨਾ, ਮਾਂ ਪਿਓ ਸਾਰੇ ਹੀ ਤੰਗ ਪਰੇਸ਼ਾਨ ਬਹੁਤ ਕਰਦੇ ਸੀ। ਨਾਨੀ ਜਦੋਂ ਬੋਲਦੀ ਸਾਰੀ ਦੁਨੀਆ ਹੀ ਦਾਜ ਦਿੰਦੀ, ਤੁਸੀਂ ਕੋਲੋਂ ਕਰ ਨਹੀਂ ਦੇਣਾ, ਸਾਡੇ ਤੋਂ 2 ਲੱਖ ਦੀ ਮੰਗ ਕਰਦੇ ਸੀ। ਅਸੀਂ ਖੁਦ ਰੈਂਟ 'ਤੇ ਰਹਿੰਦੇ, ਕਿਰਾਏ 'ਤੇ ਸਾਡਾ ਆਪਣਾ ਘਰ ਬਾਰ ਨਹੀਂ ਹੈਗਾ ਕੁਛ ਵੀ, ਅਸੀਂ ਕਿਰਾਏ 'ਤੇ ਰਹਿ ਕੇ ਆਪਣਾ ਗੁਜ਼ਾਰਾ ਕਰਦੇ। ਬੜੀ ਮੁਸ਼ਕਲ ਨਾਲ ਸਾਡਾ ਗੁਜ਼ਾਰਾ ਚੱਲਦਾ ਹੈ। ਇਹ ਦਿਨ ਰਾਤ ਮੰਗ ਕਰਦੇ ਸੀ, ਮੁੰਡੇ ਨੇ ਦਿਨ ਰਾਤ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਕੁੜੀ ਦੀ। ਬਾਹਰ ਐਂ ਵਿਖਾਇਆ ਜਾਂਦਾ ਸੀ ਵੀ ਜਿਵੇਂ ਬੜੇ ਵਧੀਆ, ਮਤਲਬ ਬਹੁਤ ਜ਼ਿਆਦਾ ਇਹਨਾਂ ਦੋਵਾਂ ਜੀਆਂ 'ਚ ਪਿਆਰ, ਗਲੀ ਗਵਾਂਢ 'ਚ ਇੰਨਾ ਵਧੀਆ ਦਿਖਾਇਆ ਜਾਂਦਾ ਸੀ ਵੀ ਬਹੁਤ ਜ਼ਿਆਦਾ ਪਿਆਰ ਆ। ਮੈਂ ਤੁਹਾਨੂੰ ਰਿਕਾਰਡਿੰਗਾਂ ਵੀ ਦਿਖਾ ਦਾਂਗੀ। ਅਸੀਂ ਕੁੜੀ ਨੂੰ ਫੋਨ ਲਾਉਂਦੇ ਸੀ, ਫੋਨ ਚੁੱਕ ਕੇ ਹੋਲਡ ਕਰਕੇ ਰੱਖ ਲੈਂਦਾ ਹੁੰਦਾ ਸੀ ਆਪਣੇ ਕੋਲ, ਸਾਡੇ ਨਾਲ ਗੱਲ ਨਹੀਂ ਸੀ ਹੋਣ ਦਿੰਦਾ ਕੁੜੀ ਦੀ। ਮਾਂ ਜਦੋਂ ਬੋਲਦੀ ਸੀ ਦਾਜ ਤਾਂ ਦੇਣਾ ਹੀ ਪੈਣਾ, ਮਾਂ ਲੁਧਿਆਣੇ ਬੈਠੀ ਵੀ ਫੋਨ ਕਰ ਕਰਕੇ ਨਹੀਂ ਦਿੰਦੇ ਤਾਂ ਇਹਨਾਂ ਨੂੰ ਖਤਮ ਕਰ ਦਿਓ, ਖਤਮ ਕਰ ਦਿਓ, ਰਮਨ ਨੂੰ ਨਹੀਂ ਦਿੰਦੇ ਤੇ। ਮਾਂ ਨੇ ਖੁਦ 4 ਵਿਆਹ ਮਾਂ ਨੇ ਕਰਾਏ ਆ, 2-3 ਮਾਮੇ ਨੇ ਕਰਾਏ ਆ। ਜੇ ਇਹੋ ਜਿਹੇ ਪਰਿਵਾਰ ਦਾ ਸਾਨੂੰ ਪਹਿਲਾਂ ਪਤਾ ਲੱਗਦਾ, ਇਹ ਪਰਿਵਾਰ ਨਾਲ ਰਿਸ਼ਤਾ ਹੀ ਨਹੀਂ ਸਾ ਜੋੜਦੇ। ਜਿੱਦਾਂ ਰਿਸ਼ਤਾ ਲੈਣਾ ਦੁਨੀਆ ਦਾ ਲੱਗਦਾ ਸੀ ਵੀ ਇਹਨਾਂ ਵਰਗਾ ਬੰਦਾ ਹੀ ਕੋਈ ਨਹੀਂ, ਇੰਨੇ ਮਿੱਠੇ ਅਤੇ ਪਿਆਰੇ ਅਤੇ ਸਮਝਦਾਰ ਲੱਗਦੇ ਸੀ ਵੀ ਹੋਇਆ। ਫਿਰ ਬੇਟੀ ਦੇ ਨਾਲ ਉਸ ਤੋਂ ਬਾਅਦ ਬੇਟੀ ਨੇ, ਬੇਟੀ ਨੂੰ ਜੀ ਇਹਨਾਂ ਨੇ ਮਾਮੀ ਨੇ, ਮਾਮੇ ਨੇ ਅਤੇ ਅੰਮ੍ਰਿਤ ਨੇ ਖੁਦ ਅਤੇ ਨਾਨੀ ਨੇ, ਮਾਂ ਨੇ ਉੱਥੋਂ ਬੈਠੀ ਨੇ ਫੋਨ ਕੀਤਾ। ਇਹਨਾਂ ਨੇ ਕੁੱਟਮਾਰ ਕੀਤੀ ਬੱਚੀ ਦੀ, ਕੁੱਟਮਾਰ ਕਰਕੇ ਇਹਨਾਂ ਨੇ ਪਹਿਲਾਂ ਫਾਹ ਦਿੱਤਾ ਲੜਕੀ ਨੂੰ, ਫਾਹ ਦਿੱਤਾ ਪਹਿਲਾਂ, ਫਿਰ ਇਹਨਾਂ ਮਾਮੀ ਆਪਣੇ ਕਮਰੇ 'ਚ ਗਈ ਹੈ, ਦਵਾਈ ਲਿਆ ਕੇ ਤਾਂ ਉਹਦੇ ਮੂੰਹ 'ਚ ਪਾ ਦਿੱਤੀ ਦਵਾਈ ਉਹਨੇ, ਮਾਮੀ ਨੇ ਜ਼ਬਰਦਸਤੀ ਦਵਾਈ। ਫਿਰ ਮਾਮੀ ਨੇ ਆਪਣੇ ਭਰਾ ਇਕੱਲੇ ਸਾਨੂੰ ਮਾਰਨ ਵਾਸਤੇ ਮੋਗੇ ਮੈਡੀਸਿਟੀ ਹੋਸਪਿਟਲ ਦੇ ਵਿੱਚ, ਹੁਣ 4 ਵਾਰੀ ਸਾਡੇ 'ਤੇ ਹਮਲਾ ਹੋ ਚੁੱਕਿਆ ਹੈ। ਜੇ ਮੈਂ ਅਤੇ ਮੇਰਾ ਬੇਟਾ ਅਸੀਂ ਜਿੱਧਰ ਜਾਂਦੇ ਅਸੀਂ ਦੋਨੇ ਜਾਂਦੇ ਹਾਂ, ਸਾਡੇ ਨਾਲ ਤੁਰਨ ਵਾਲਾ ਇਸ ਟਾਈਮ ਕੋਈ ਵੀ ਨਹੀਂ। ਜੇ ਉਹਦੇ ਪਾਪਾ ਨੇ ਉਹ ਗੱਡੀ ਚਲਾਉਂਦੇ, ਲੁਧਿਆਣੇ ਰਹਿੰਦੇ ਨੇ। ਜੇ ਸਾਡਾ ਕੋਈ ਕੱਲ੍ਹ ਨੂੰ ਨਿਸ਼ਕਾਣ ਹੁੰਦਾ ਵਾ, ਪੰਜਾਬ ਪੁਲਿਸ ਅਤੇ ਮੁੰਡੇ ਦਾ ਸਾਰਾ ਪਰਿਵਾਰ, ਟੋਟਲ ਉਹਨਾਂ ਦਾ ਪਰਿਵਾਰ ਸਾਰਾ ਹੋਵੇਗਾ। ਉੱਧਰ ਰਮਨਦੀਪ ਕੌਰ ਦੇ ਪਿਤਾ ਨੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਰਮਨਦੀਪ ਕੌਰ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਮੁੰਡੇ ਦੇ ਪਰਿਵਾਰ ਤੋਂ ਪੈਸੇ ਲਏ ਨੇ, ਜਿਸ ਕਾਰਨ ਉਹਨਾਂ ਸਿਰਫ ਮੁੰਡੇ ਨੂੰ ਹੀ ਗ੍ਰਿਫਤਾਰ ਕੀਤਾ ਹੈ, ਜਦਕਿ ਬਾਕੀ ਦੇ ਮੁਲਜ਼ਮ ਅੱਜ ਵੀ ਆਜ਼ਾਦ ਘੁੰਮ ਰਹੇ ਨੇ। ਮੁੰਡਾ ਅਰੈਸਟ ਕੀਤਾ ਇਕੱਲਾ, ਅਤੇ ਹੋਰ ਕੋਈ ਪਰਿਵਾਰ ਦਾ ਮੈਂ ਕੋਈ ਅਰੈਸਟ ਨਹੀਂ ਕੀਤਾ। ਸ਼ਰੇਆਮ ਘੁੰਮ ਰਿਹਾ, ਸਾਨੂੰ 4 ਵਾਰੀ ਮਾਰਨ ਪੈ ਗਿਆ, ਮੇਰੇ ਮੁੰਡੇ ਨੂੰ, ਮੇਰੇ ਘਰਦਿਆਂ ਨੂੰ 2 ਵਾਰੀ ਮਾਰਨ ਪੈ ਗਏ ਆ। ਗੱਡੀ ਮਗਰ ਮਾਰ ਲੱਗੇ ਸੀ, ਫਿਰ ਉਹ ਬਚਾਇਆ, ਫਿਰ ਅਸੀਂ ਰਿਪੋਰਟ ਵੀ ਦਿੱਤੀ ਥਾਣੇ, ਦਰਖਾਸਤ ਦਿੱਤੀ ਹੋਈ ਹੈ, ਪਰ ਉਹ ਕੋਈ ਨਹੀਂ ਸੁਣਵਾਈ ਕੀਤੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਮੁਤਾਬਕ ਰਮਨਦੀਪ ਕੌਰ ਦੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਬਾਕੀ ਦੇ ਮੁਲਜ਼ਮਾਂ ਨੇ ਬੇਗੁਨਾਹੀ ਦੀ ਦਰਖਾਸਤ ਪਾਈ ਹੈ, ਜਿਸ ਕਾਰਨ ਮਾਮਲਾ ਜਾਂਚ ਅਧੀਨ ਹੈ। ਜਿਸ ਮਾਮਲੇ ਬਾਰੇ ਤੁਸੀਂ ਪੁੱਛਦੇ ਹੋ, 197 ਨੰਬਰ ਮੁਕੱਦਮਾ ਜੀ ਉਹ ਦਰਜ ਹੈ ਸਾਡੇ ਕੋਲ। ਉਹਦੇ 'ਚ ਇੱਕ ਮੇਨ ਮੁਲਜ਼ਮ ਜਿਹੜਾ ਲੜਕੀ ਦਾ ਹਸਬੈਂਡ ਉਹ ਅਰੈਸਟ ਹੋ ਚੁੱਕੀ ਹੈ, ਉਹਦਾ ਚਲਾਣ ਵੀ ਦੇ ਚੁੱਕੇ ਹਾਂ ਅਸੀਂ, ਅਤੇ 2 ਜਿਹੜੇ ਮਾਮਾ ਅਤੇ ਮਾਮੀ ਤੁਸੀਂ ਦੱਸ ਰਹੇ ਹੋ ਉਹਨਾਂ ਨੇ ਆਪਣੀ ਬੇਗਨਾਹੀ ਦੀ ਦਰਖਾਸਤ ਲਗਾਈ ਸੀਗੀ। ਉਹਦੇ ਰਿਗਾਰਡਿੰਗ ਇਨਵੈਸਟੀਗੇਸ਼ਨ ਮੇਰੇ ਕੋਲ ਆ, ਔਰ ਬਹੁਤ ਜਲਦੀ ਇਨਵੈਸਟੀਗੇਸ਼ਨ ਪੂਰੀ ਹੋਣ ਉਪਰੰਤ ਜੋ ਵੀ ਪਾਇਆ ਗਿਆ ਇਨਵੈਸਟੀਗੇਸ਼ਨ ਮੁਤਾਬਕ ਉਹਦੀ ਕਾਰਵਾਈ ਜਲਦੀ ਅਮਲ 'ਚ ਲਿਆ ਰਹੇ ਹਾਂ। ਖੈਰ ਇਹ ਮਾਮਲਾ ਕਦੋਂ ਹੱਲ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ, ਪਰ ਇੰਨਾ ਜ਼ਰੂਰ ਹੈ ਕਿ ਦਾਜ ਨੇ ਹੁਣ ਤੱਕ ਕਿੰਨੀਆਂ ਹੀ ਕੁੜੀਆਂ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ। ਕਿਸੇ ਦਾ ਲਾਲਚ ਕਿਸੇ ਦੀ ਜ਼ਿੰਦਗੀ ਤਬਾਹ ਕਰ ਰਿਹਾ ਹੈ, ਅਤੇ ਮਾਪਿਆਂ ਕੋਲ ਪੁਲਿਸ ਪ੍ਰਸ਼ਾਸਨ ਦੀਆਂ ਮਿੰਨਤਾਂ ਕਰਨ ਅਤੇ ਹੰਝੂਆਂ ਤੋਂ ਇਲਾਵਾ ਕੁਝ ਵੀ ਨਹੀਂ ਰਹਿ ਜਾਂਦਾ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ, ਪੰਜਾਬੀ ਲੋਕ ਚੈਨਲ।